हाँ जी, स्वागत है जी आप सब का पंजाबी मीडिया चैनल के उत्ते। लैके हाजिर हाँ जी, अज्ज दी नवीं ताज़ी अपडेट शुरू कर दें। 10 तरीक दी कुछ खास खबरां, वीडियो में पूरी जरूर सुनियो ताकि तुहानू अज दी नवीं अपडेट पता लग जाए। तो चैनल सबसक्राइब नहीं किया तो जरूर कर लो। चलते हैं जी अज दी खबरों के वाल। अज की पहली खबर आ रही हैगी है, कल तुहानू एक खबर दसी सी जिहदे विच इक एक्सप्लोजन होया आ, ते इह एक्सप्लोजन जिहड़ा पावर प्लांट लगा आ सुवियाना इलाके दे विच, उस इलाके दे विच होया। इस इलाके दे विच जिहड़ी झील सी, जिहड़ी डैम सीगा नाल, जिहदे विच पानी थल्ले मोटरां लगियां होईयां सीगियां, 30 मीटर थल्ले जाके लगियां होईयां सीगियां मोटरां वगैरह, ट्रांसफॉर्मर लगे हुए सीगे। तो उन्हां विच स्टाफ अंदर काम कर रहा सीगा जिस टाइम यह एक ट्रांसफॉर्मर का एक्सप्लोजन हो गया। ये जिहड़ा सेंटर है जी चिंतरालिस सीगा पावर प्लांट एमिलिया रोमानिया का, यह NL वालों इसनों काम किया जाता सीगा, NL का सीगा यह वाला। तो सब तो ज़्यादा स्ट्रों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 
ਆਲਰੇਡੀ ਜਾਨ ਗਵਾ ਚੁੱਕੇ ਆ ਆਪਣੀ। ਚਾਰ ਲੋਕ ਜਿਹੜੇ ਲਾਪਤਾ ਆ ਥੱਲੇ ਉਹ ਹਾਲੇ ਤੱਕ ਨਹੀਂ ਲੱਭੇ ਹੈਗੇ। ਉਹਨਾਂ ਵਿੱਚ ਚਾਰ ਜਣੇ ਆ ਜੀ, ਇੱਕ ਦੀ ਉਮਰ 45 ਸਾਲ, ਇੱਕ ਦੀ 73 ਸਾਲ, ਇੱਕ ਦੀ 36 ਸਾਲ। ਇਹ ਤਿੰਨ ਉਹ ਜਣੇ ਸੀਗੇ ਜਿਨ੍ਹਾਂ ਦੀ ਜਾਨ ਚਲੀ ਗਈ ਇਸ ਹਾਦਸੇ ਦੇ ਵਿੱਚ। ਬਾਕੀ ਜਿਹੜੇ ਚਾਰ ਗਵਾਚੇ ਹੋਏ ਆ ਉਹਨਾਂ ਦਾ ਨਾਮ ਵੀ ਅਲੇਸਾਂਦਰੋ, ਇੱਕ ਦਾ ਪਾਓਲੋ ਆ, ਇੱਕ ਦਾ ਅਦਰੀਆਨੋ ਆ, ਅਤੇ ਇੱਕ ਹੋਰ ਹੈ ਉਹਨਾਂ ਦੇ ਵਿੱਚ ਵਿਚੇਂਸੋ। ਅਤੇ ਇਹ ਥੱਲੇ ਲਾਪਤਾ ਹੋ ਚੁੱਕੇ ਆ ਪਾਣੀ ਦੇ ਵਿੱਚ। ਅਤੇ ਅੱਜ ਜਿਹੜੇ ਸਕੁਆਦਰਾ ਲੱਗਾ ਹੋਇਆ ਉੱਥੇ, ਜਿਹੜੇ ਲੋਕ ਚੈੱਕ ਕਰ ਰਹੇ ਆ, ਜਿਹੜੇ ਬਚਾ ਰਹੇ ਆ ਉਹਨਾਂ ਨੂੰ, ਉਹਨਾਂ ਦਾ ਕਹਿਣਾ ਹੈ ਜੀ ਵੀ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਝੀਲ ਦੇ ਵਿੱਚ, ਪਾਣੀ ਜਿੱਥੇ ਇਕੱਠਾ ਕੀਤਾ ਹੋਇਆ ਡੈਮ ਦੇ ਵਿੱਚ, ਕਿਉਂਕਿ ਮੀਂਹ ਪੈ ਰਿਹਾ ਇੱਕ ਤਾਂ ਉਹਦੇ ਕਰਕੇ ਪਾਣੀ ਦਾ ਲੈਵਲ ਹੋਰ ਉੱਤੇ ਹੋ ਰਿਹਾ। ਅਤੇ 24 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਆ ਜੀ, ਅਤੇ ਉਹ ਕਹਿ ਰਹੇ ਹਾਲੇ ਤੱਕ ਸਾਨੂੰ ਲੱਭੇ ਨਹੀਂ ਹੈਗੇ ਬੰਦੇ ਕਿੱਥੇ ਗਏ ਵਾਲੇ। ਅਤੇ ਲੱਭਣ ਦੇ ਜਿਹੜੇ ਕਹਿ ਰਹੇ ਆ ਵੀ ਚਾਂਸ ਆ ਹੁਣ ਬਹੁਤ ਘੱਟ ਗਏ ਆ ਪਹਿਲਾਂ ਨਾਲੋਂ, ਕਿਉਂਕਿ ਜਿਸ ਵਕਤ ਇਹ ਧਮਾਕਾ ਹੋਇਆ ਜੀ ਅਤੇ ਪਾਣੀ ਅੰਦਰ ਆਉਣ ਲੱਗ ਗਿਆ ਥੱਲੇ, ਪਾਣੀ ਐਂਟਰ ਹੋ ਗਿਆ ਅੰਦਰ, ਉਹਦੇ ਚੱਲਦਿਆਂ ਇਹ ਲੋਕ ਹੋ ਸਕਦਾ ਪਾਣੀ ਦੇ ਵਿੱਚ ਹੀ ਰੁੜ ਗਏ ਹੋਣ, ਕੋਈ ਇਹਨਾਂ ਬਾਰੇ ਜਾਣਕਾਰੀ ਨਹੀਂ ਮਿਲਦੀ ਪਈ ਹੈਗੀ। ਅਤੇ ਜਿਹੜਾ ਸਕੁਆਦਰਾ ਕਹਿ ਰਹੇ ਆ ਜੀ ਵੀ ਬਹੁਤ ਇਸ ਵਕਤ ਘੱਟ ਚਾਂਸ ਹੈ ਵੀ ਸਾਨੂੰ ਦੁਬਾਰਾ ਮਿਲ ਜਾਣ ਉਹ ਬੰਦੇ। ਇਹ ਤੋਂ ਬਾਅਦ ਸਾਨੂੰ ਮਿਨਿਸਟਰਸ ਦਾ ਬਿਆਨ ਵੀ ਆ ਰਿਹਾ, ਉਹਦੇ ਵਿੱਚ ਇਹ ਵੀ ਕਿਹਾ ਵੀ ਸਾਨੂੰ ਸੇਫਟੀ ਦੀ ਧਿਆਨ ਰੱਖਣ ਦੀ ਲੋੜ ਆ ਇਟਲੀ ਦੇ ਵਿੱਚ। ਸੇਫਟੀ ਇਟਲੀ ਵਿੱਚ ਕੰਮਾਂ ਦੇ ਉੱਤੇ ਬਿਲਕੁਲ ਵੀ ਨਹੀਂ ਹੋ ਰਹੀ ਹੈਗੀ ਜਿੰਨੀ ਹੋਣੀ ਚਾਹੀਦੀ ਆ। ਨਾਲ ਦੇ ਨਾਲ ਜਿਹੜੇ ਲੋਕ ਬਚਾਉਣ ਜਾਂਦੇ, ਜਿਹਨਾਂ ਦਾ ਕੰਮ ਹੈ ਇਹ ਵਾਲਾ ਬਿਜਲੀ ਦਾ ਲਿਫ ਵੋਕ ਜਿਹੜੇ ਆ, ਉਹਨਾਂ ਦਾ ਵੀ ਬਿਆਨ ਆਇਆ। ਉਹਨਾਂ ਮਿਨਿਸਟਰ ਦਾ ਕਹਿਣਾ ਅੱਜ ਵੀ ਉਹਨਾਂ ਲੋਕਾਂ ਨੂੰ ਵੀ ਸੇਫਟੀ ਦੇਣੀ ਚਾਹੀਦੀ ਜਿਹੜੇ ਕਿ 30 ਮੀਟਰ ਥੱਲੇ ਪਾਣੀ ਵਿੱਚ ਜਾ ਰਹੇ ਆ, ਉਹਨਾਂ ਨੂੰ ਬਚਾਉਣ। ਉਹਨਾਂ ਦੀ ਸੇਫਟੀ ਵੀ ਪ੍ਰੋਪਰ ਦੇਖਣੀ ਚਾਹੀਦੀ ਆ ਸਾਨੂੰ, ਅਤੇ ਹੋਰ ਸੇਫਟੀ ਵਧਾਉਣੀ ਚਾਹੀਦੀ ਉਹਨਾਂ ਲੋਕਾਂ ਦੀ। ਬਾਕੀ ਐਡਾ ਵੱਡਾ ਹਾਦਸਾ ਹੋਇਆ ਆ ਇਟਲੀ ਦੇ ਵਿੱਚ, ਅਤੇ ਇਹਦੀ ਪੂਰੀ ਚਰਚਾ ਇਟਲੀ ਵਿੱਚ ਇਸ ਵਕਤ ਕੀਤੀ ਜਾ ਰਹੀ ਹੈ ਇਸ ਹਾਦਸੇ ਨੂੰ ਦੇਖਦਿਆਂ ਹੋਇਆਂ, ਜਿਹਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਵੀ ਇਹ ਹਾਦਸਾ ਆਪਣੇ ਆਪ ਹੋਇਆ ਜਾਂ ਕਿਸੇ ਵੱਲੋਂ ਕੋਈ ਸ਼ਰਾਰਤ ਕੀਤੀ ਗਈ ਆ। ਇਸ ਤੋਂ ਬਾਅਦ ਚੱਲਦੇ ਹਾਂ ਅਗਲੀ ਖਬਰ ਦੇ ਵੱਲ ਜੀ। ਅਗਲੀ ਖਬਰ ਆ ਰਹੀ ਹੈਗੀ ਆ USA ਦੇ ਵਿੱਚ, ਲਗਾਤਾਰ ਇਹੋ ਜਿਹੇ ਕੇਸ ਸਾਹਮਣੇ ਆਉਂਦੇ ਹੁੰਦੇ ਜਿਹਦੇ ਵਿੱਚ ਪੁਲਿਸ ਵਾਲਿਆਂ ਵੱਲੋਂ ਗੋਲੀਆਂ ਮਾਰੀਆਂ ਜਾਂਦੀਆਂ ਲੋਕਾਂ ਦੇ, ਅਤੇ ਇੱਕ ਗੋਲੀ ਹੋਰ ਚਲਾਈ ਗਈ ਅੱਜ ਇੱਕ ਕਾਲੇ ਬੰਦੇ ਦੇ ਉੱਤੇ। ਇਹ ਆਫਰੋ ਅਮੈਰੀਕਨ ਬੰਦਾ ਸੀਗਾ ਜੀ, ਅਤੇ ਸ਼ਿਕਾਗੋ ਦਾ ਰਹਿਣ ਵਾਲਾ ਸੀਗਾ, 26 ਸਾਲ ਦੀ ਇਸ ਦੀ ਉਮਰ ਸੀਗੀ ਸਿਰਫ। ਅਤੇ ਜਿਸ ਵਕਤ ਕੋਈ ਪੁਲਿਸ ਨੂੰ ਰੋਕਿਆ ਹੈ ਅਤੇ ਉਸ ਵਕਤ ਕੋਈ ਆਪਸ ਦੇ ਵਿੱਚ ਲੜਾਈ ਝਗੜੀ ਹੋਈ ਹੈ, ਅਤੇ ਪੁਲਿਸ ਵੱਲੋਂ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ, ਅਤੇ ਇਸ ਫਾਇਰਿੰਗ ਦੇ ਵਿੱਚ ਪੁਲਿਸ ਨੇ 96 ਗੋਲੀਆਂ ਮਾਰੀਆਂ ਜੀ ਇਸ ਦੇ ਉੱਤੇ। 42 ਸਕਿੰਟਾਂ ਦੇ ਵਿੱਚ ਪੁਲਿਸ ਨੇ 96 ਗੋਲੀਆਂ ਫਾਇਰ ਕਰ ਦਿੱਤੀਆਂ, ਅਤੇ ਉਸ ਬੰਦੇ ਦੀ ਜਿਹੜੀ ਉੱਥੇ ਜਾਨ ਚਲੀ ਗਈ। ਅਤੇ ਸਿਰਫ ਕੰਟਰੋਲ ਕਰਨ ਵਾਸਤੇ ਗੱਡੀ ਰੋਕੀ ਸੀਗੀ, ਅਤੇ ਜਿਸ ਵਕਤ ਗੱਡੀ ਰੋਕੀ ਹੈ ਅਤੇ ਉਸ ਵਕਤ ਉਸ 'ਤੇ ਬੈਲਟ ਨਹੀਂ ਲੱਗੀ ਹੋਈ ਸੀਗੀ, ਅਤੇ ਜਦੋਂ ਪੁਲਿਸ ਵਾਲਿਆਂ ਨੇ ਕਿਹਾ ਜੀ ਗੱਡੀ ਤੋਂ ਥੱਲੇ ਉਤਰ, ਅਤੇ ਉਹ ਬੰਦਾ ਕਹਿੰਦਾ ਵੀ ਮੈਂ ਗੱਡੀ ਤੋਂ ਥੱਲੇ ਨਹੀਂ ਉਤਰਨਾ, ਅਤੇ ਉਸ ਵਕਤ ਆਪਸ ਦੇ ਵਿੱਚ ਉਹਨਾਂ ਦੀ ਕੋਈ ਲੜਾਈ ਉੱਥੇ ਹੋ ਗਈ। ਅਤੇ ਹੁਣ ਇਸ ਲੜਕੇ ਦੇ ਘਰ ਵਾਲੇ ਜਿਹੜੇ ਆ ਵਕੀਲ ਕਰ ਰਹੇ ਆ, ਉਹ ਕਹਿ ਰਿਹਾ ਵੀ ਤੁਸੀਂ ਜਾਣ ਬੁੱਝ ਕੇ ਸਾਡੇ ਲੜਕੇ ਨੂੰ ਮਾਰ ਦਿੱਤਾ, ਉਹਦੀ ਕੋਈ ਗਲਤੀ ਵੀ ਨਹੀਂ ਸੀ। ਸੋ USA ਦੇ ਵਿੱਚ ਜੀ ਇਹ ਕੰਮ ਕਾਫੀ ਨੋਰਮਲ ਆ, ਉੱਥੇ ਦੀ ਜਿਹੜੀ ਪੁਲਿਸ ਆ ਉਹ ਵੀ ਕਾਫੀ ਜ਼ਿਆਦਾ ਵਾਇਲੈਂਟ ਆ, ਅਤੇ ਇੱਦਾਂ ਦੀਆਂ ਘਟਨਾਵਾਂ USA ਦੇ ਵਿੱਚ ਅਕਸਰ ਵਾਪਰਦੀਆਂ। ਇਸ ਤੋਂ ਬਾਅਦ ਚੱਲਦੇ ਹਾਂ ਜੀ ਅਗਲੀ ਖਬਰ ਦੇ ਵੱਲ। ਅਗਲੀ ਖਬਰ ਆ ਰਹੀ ਹੈਗੀ USA ਤੋਂ ਹੀ ਆ, USA ਦੇ ਜਿਹੜੇ ਪ੍ਰੈਜ਼ੀਡੈਂਟ ਆ ਬਾਈਡਨ, ਬਾਈਡਨ ਦਾ ਬਿਆਨ ਆਇਆ ਇਜ਼ਰਾਈਲ ਨੂੰ ਲੈ ਕੇ। ਇਹਨਾਂ ਦਾ ਕਹਿਣਾ ਹੈ ਜੀ ਇਸ ਵਕਤ ਜਿਹੜਾ ਨੇਥਨਯਾਹੂ ਆ ਉਹ ਹੁਣ ਗਲਤ ਕਰ ਰਹੇ ਆ, ਹੁਣ ਉਹ ਗਲਤ ਕਰ ਰਹੇ ਆ, ਜਿੰਨੇ ਬੰਦੇ ਉਹਨਾਂ ਨੇ ਖਤਮ ਕਰਨੇ ਸੀ ਉਹਨਾਂ ਨੇ ਕਰ ਲਏ ਆ, ਪਰ ਹੁਣ ਜਿਹੜਾ ਕੰਮ ਲੋੜ ਤੋਂ ਜ਼ਿਆਦਾ ਹੋ ਗਿਆ। ਸੋ ਇਸ ਕਰਕੇ ਹੁਣ ਉਹਨਾਂ ਨੂੰ ਇਹ ਲੜਾਈ ਨੂੰ ਖਤਮ ਕਰ ਦੇਣੀ ਚਾਹੀਦੀ ਹੈ, ਲੜਾਈ ਰੋਕ ਦੇਣੀ ਚਾਹੀਦੀ ਆ। ਇਹ ਅੱਜ ਬਾਈਡਨ ਦਾ ਬਿਆਨ ਆਇਆ ਇਜ਼ਰਾਈਲ ਦੇ ਪ੍ਰਤੀ। ਇਸ ਤੋਂ ਇਲਾਵਾ ਜੀ ਇਟਲੀ ਦੇ ਜਿਹੜੇ ਹੋਮ ਮਿਨਿਸਟਰ ਆ ਪਿਆਂਤੀ ਦੋਜ਼ੀ, ਇਹਨਾਂ ਦਾ ਵੀ ਅੱਜ ਮੀਟਿੰਗ ਹੋਈ ਹੈ ਇਜ਼ਰਾਈਲ ਦੇ ਇੱਕ ਮਿਨਿਸਟਰ ਦੇ ਨਾਲ, ਕਾਤਸ ਨਾਮ ਹੈ ਉਹਨਾਂ ਦਾ, ਅਤੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਇਹਨਾਂ ਦੀ, ਅਤੇ ਦੱਸਿਆ ਗਿਆ ਜੀ ਵੀ ਇਹ ਕੰਮ ਜਿਹੜਾ ਆ ਰੋਕਿਆ ਜਾਵੇ, ਲੜਾਈ ਰੋਕਿਆ ਜਾਵੇ। ਪਿਆਂਤੀ ਦੋਜ਼ੀ ਨੇ ਗੱਲ ਕੀਤੀ ਹੈ ਲੜਾਈ ਨੂੰ ਰੋਕਿਆ ਜਾਵੇ, ਅਤੇ ਜਿਹੜੇ ਬੰਦੇ ਹਲੇ ਵੀ ਕਬਜ਼ੇ ਦੇ ਵਿੱਚ ਇਹਨੂੰ ਛੁਡਾਇਆ ਜਾਵੇ। ਨਾਲ ਦੀ ਨਾਲ ਜੀ ਟੈਲ ਅਵੀਵ ਜਿਹੜਾ ਆ
ਉੱਥੇ ਅੱਜ ਬਹੁਤ ਇਕੱਠੇ ਹੋਏ ਆ ਲੋਕ ਨੇਥਨਯਾਹੂ ਦੇ ਖਿਲਾਫ਼, ਅਤੇ ਉਹ ਲੋਕ ਲਗਾਤਾਰ ਇਕੱਠੇ ਹੋ ਰਹੇ, ਉਹ ਇਜ਼ਰਾਇਲ ਦੇ ਬੰਦੇ ਆ ਅਤੇ ਆਪਣੇ ਹੀ ਮੰਤਰੀ ਦੇ ਖਿਲਾਫ਼ ਇਕੱਠੇ ਹੋ ਰਹੇ ਆ। ਉਹ ਕਹਿ ਰਿਹਾ ਵੀ ਅਸੀਂ ਇੱਥੋਂ ਨਹੀਂ ਜਾਣਾ ਜਦ ਤੱਕ ਤੁਸੀਂ ਅਸਤੀਫਾ ਨਹੀਂ ਦਿੰਦੇ ਆਪਣੀ ਪੋਸਟ ਤੋਂ। ਸੋ ਉਮੀਦ ਕਰਦੇ ਹਾਂ ਇਹ ਲੜਾਈ ਕਿਸੇ ਤਰੀਕੇ ਦੇ ਨਾਲ ਖਤਮ ਕੀਤੀ ਜਾਵੇ, ਕਿਉਂਕਿ ਪਹਿਲਾਂ ਹੀ ਗਾਜ਼ਾ ਦੇ ਵਿੱਚ ਜਿਹੜੇ ਲੋਕਾਂ ਨੂੰ ਮਾਰਨਾ ਸੀਗਾ ਉਹ ਤਾਂ ਮਰ ਗਏ, ਪਰ ਜਿਹੜੇ ਲੋਕ ਬਾਕੀ ਸੀਗੇ ਜਿਨ੍ਹਾਂ ਦੇ ਕੋਈ ਵੀ ਕਸੂਰ ਨਹੀਂ ਸੀ, ਉਹਨਾਂ ਦਾ ਵੀ ਵਿੱਚ ਬਹੁਤ ਨੁਕਸਾਨ ਹੋ ਚੁੱਕਾ ਇਸ ਹਾਦਸੇ ਦੇ ਵਿੱਚ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ, ਜਿਹੜਾ 2023 ਸਾਲ ਲੰਘ ਕੇ ਹਟਿਆ ਆ, ਜਿਹਦੇ ਵਿੱਚ ਮਲੋਨੀ ਹੋਣੀ ਸਰਕਾਰ ਨੇ ਕੰਮ ਕੀਤਾ ਪੂਰਾ ਸਾਲ, ਇਹਦੇ ਵਿੱਚ ਤਕਰੀਬਨ 29,000 ਬੰਦਾ ਐਸਾ ਸੀਗਾ ਜਿਨ੍ਹਾਂ ਨੂੰ ਇਟਲੀ ਤੋਂ ਵਾਪਸੀ ਡਿਪੋਰਟ ਕਰਨਾ ਸੀਗਾ, ਅਤੇ 29,000 ਵਿੱਚੋਂ ਸਰਕਾਰ ਸਿਰਫ 4,000 ਬੰਦਾ ਹੀ ਡਿਪੋਰਟ ਕਰ ਪਾਈ ਹੈ, ਬਾਕੀ ਦਾ ਬੰਦਾ ਹਾਲੇ ਵੀ 25,000 ਬੰਦਾ ਇਟਲੀ ਦੇ ਵਿੱਚ ਹੀ ਸੀਗਾ ਜਿਹੜਾ ਕਿ ਡਿਪੋਰਟ ਕਰਨ ਵਾਸਤੇ ਤਿਆਰ ਸੀਗਾ, ਜਿਨ੍ਹਾਂ ਨੂੰ ਡਿਪੋਰਟ ਕਰਨਾ ਸੀਗਾ, ਪਰ ਸਰਕਾਰ ਉਹਨਾਂ ਨੂੰ ਡਿਪੋਰਟ ਨਹੀਂ ਕਰ ਸਕੀ। 29,000 ਚੋਂ ਸਿਰਫ 4,000 ਬੰਦਾ ਡਿਪੋਰਟ ਕਰਨ ਵਿੱਚ ਕਾਮਯਾਬ ਰਹੀ ਸਰਕਾਰ, ਯਾਨੀ ਕਿ ਹਰ 7 ਬੰਦੇ ਦੇ ਪਿੱਛੇ ਸਿਰਫ 1 ਬੰਦਾ ਡਿਪੋਰਟ ਕਰ ਪਾਈ ਹੈ ਸਰਕਾਰ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਇਟਲੀ ਦੇ ਜਿਹੜੇ ਇਕਨੋਮੀ ਦੇ ਮਿਨਿਸਟਰ ਆ ਜਨ ਕਾਰਲੋ ਜੁਰਜੈਤੀ, ਇਹਨਾਂ ਦੇ ਇੱਕ ਬਿਆਨ ਆਇਆ ਜੀ, ਦੁਬਾਰਾ ਫਿਰ ਤੋਂ ਪੈਟਰੋਲ ਡੀਜ਼ਲ ਦੇ ਰੇਟ ਇੱਕ ਵਾਰ ਫਿਰ ਤੋਂ ਵਧਣ ਵਾਲੇ ਆ। ਜਿੱਦਾਂ ਕਿ ਉੱਤੋਂ ਦਾ ਜਿਹੜਾ ਮੌਸਮ ਨਵਾਂ ਸ਼ੁਰੂ ਹੋਇਆ, ਨਵੇਂ ਮਹੀਨੇ ਤ੍ਰੀਮੈਸਟਰ ਸ਼ੁਰੂ ਹੋ ਚੁੱਕੇ ਆ, ਮਾਰਚ ਅਪ੍ਰੈਲ ਮਈ ਦੇ ਵਿੱਚ ਤੁਹਾਨੂੰ ਹੁਣ ਜਿਹੜਾ ਰੇਟ ਆ ਪੈਟਰੋਲ ਦਾ ਜ਼ਿਆਦਾ ਦੇਖਣ ਨੂੰ ਮਿਲਣਾ ਆ, ਫਿਰ ਤੋਂ ਵੱਧ ਰਿਹਾ ਇੱਕ ਵਾਰ। ਅਤੇ ਮਿਨਿਸਟਰ ਦਾ ਕਹਿਣਾ ਹੈ ਜੀ ਵੀ ਦੁਬਾਰਾ ਫਿਰ ਤੋਂ 2.5 ਯੂਰੋ ਤੋਂ ਉੱਤੇ ਜਾਣ ਵਾਲਾ ਆ ਪੈਟਰੋਲ ਹਾਈਵੇ ਦੇ ਉੱਤੇ। ਅਤੇ ਉਹਨਾਂ ਦਾ ਕਹਿਣਾ ਹੈ ਜੀ ਵੀ ਸਰਕਾਰ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ, ਸਰਕਾਰ ਇਹਦੇ ਵਿੱਚ ਸਰਕਾਰ 'ਤੇ ਡਿਪੈਂਡ ਨਹੀਂ ਕਰਦੀ, ਪਿੱਛੋਂ ਇੰਟਰਨੈਸ਼ਨਲ ਰੇਟ ਵੱਧ ਰਿਹਾ ਪੈਟਰੋਲ ਦਾ। ਸੋ ਜਿਸ ਵਕਤ ਇਹ ਪਿੱਛੋਂ ਇੰਟਰਨੈਸ਼ਨਲ ਰੇਟ ਜ਼ਿਆਦਾ ਹੋਣਾ, ਉਸ ਵਕਤ ਫਿਰ ਅੱਗੇ ਵੀ ਫਰਕ ਪੈਣਾ ਰੇਟ ਦਾ। ਇਸ ਤੋਂ ਬਾਅਦ ਜੀ ਜਿਹੜੀ ਖਬਰਾਂ ਤੁਹਾਨੂੰ ਦੇ ਦੀਆਂ ਸੀ, ਇਹ ਖਬਰਾਂ ਹਰ ਰੋਜ਼ ਕੋਸ਼ਿਸ਼ ਕਰੀ ਦੀਆਂ ਨਵੀਆਂ ਦੇਣ ਦੀਆਂ। ਸੋ ਖਬਰਾਂ ਧਿਆਨ ਦੇ ਨਾਲ ਸੁਣਿਆ ਕਰੋ, ਸਾਡੀਆਂ ਖਬਰਾਂ ਨਹੀਂ ਤੁਹਾਨੂੰ ਦੇ ਦੀਆਂ ਸੀ, ਇਹ ਤੁਹਾਨੂੰ ਪਹਿਲਾਂ ਮਿਲ ਜਾਂਦੀਆਂ ਹਰ ਰੋਜ਼। ਸੋ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ, ਅਤੇ ਬੈਲ ਆਈਕਨ ਜੇਕਰ ਨਹੀਂ ਦੱਬਿਆ ਤਾਂ ਜ਼ਰੂਰ ਦੱਬ ਲਓ। ਅਗਲੀ ਖਬਰ ਹੈਗੀ ਹੈ ਜੀ, ਅੱਜ ਇਟਲੀ ਵਿੱਚ ਭੂਚਾਲ ਆਇਆ ਰੇਜੋ ਮੀਲੀਆ ਦੇ ਵਿੱਚ ਅਤੇ ਪਾਰਮਾ ਇਲਾਕੇ ਦੇ ਵਿੱਚ ਭੂਚਾਲ ਦਾ ਝਟਕਾ ਲੱਗਾ ਸਵੇਰੇ 6:20 ਦੇ ਉੱਤੇ, 3 ਮੈਗਨੀਟਿਊਡ ਦਾ ਇਹ ਭੂਚਾਲ ਆਇਆ ਆ, ਪਰ ਫਿਲਹਾਲ ਕਿਸੇ ਦਾ ਕੋਈ ਵੀ ਇਹਦੇ ਵਿੱਚ ਨੁਕਸਾਨ ਨਹੀਂ ਹੋਇਆ ਹੈਗਾ, ਬਚਾਅ ਹੋ ਗਿਆ। ਝਟਕਾ ਕਾਫੀ ਵੱਡਾ ਸੀਗਾ, ਮਹਿਸੂਸ ਕੀਤਾ ਗਿਆ ਕਾਫੀ ਲੋਕਾਂ ਦੇ ਵਿੱਚ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ, ਕੱਲ੍ਹ ਨੂੰ 11 ਤਰੀਕ ਹੈ ਅਤੇ ਕੱਲ੍ਹ ਦੇ ਵਾਸਤੇ ਇਟਲੀ ਦੇ ਵਿੱਚ ਹੜਤਾਲ ਹੈ, ਅਤੇ ਇਹ ਜਿਹੜੀ ਹੜਤਾਲ ਆ ਜੀ ਟ੍ਰੇਨਾਂ ਦੀ ਆ, ਬੱਸਾਂ ਦੀ ਆ, ਮੈਟਰੋ ਦੀ ਆ, ਅਤੇ ਪੂਰੇ ਇਟਲੀ ਵਿੱਚ ਨੈਸ਼ਨਲ ਲੈਵਲ ਦੀ ਹੜਤਾਲ ਆ, ਅਤੇ 4 ਘੰਟਿਆਂ ਦੀ ਹੜਤਾਲ ਆ ਜੀ ਇਹ ਵਾਲੀ। ਇਹਦੇ ਵਿੱਚ ਬੱਸ, ਮੈਟਰੋ, ਟ੍ਰੇਨ ਵੱਡੇ ਸ਼ਹਿਰਾਂ ਦੇ ਵਿੱਚ ਰੋਕੀਆਂ ਜਾਣਗੀਆਂ। ਇਹਦੇ ਵਿੱਚ ਟ੍ਰੇਨ ਇਟਾਲੀਆ, ਇਟਾਲੋ, ਟ੍ਰੇਨ ਨੌਰਦ, ਇਹ ਸਾਰੀਆਂ ਜਿਹੜੀਆਂ ਟ੍ਰੇਨਾਂ ਵਾਲੇ ਵੱਡੀਆਂ ਕੰਪਨੀਜ਼ ਆ, ਇਹ ਸ਼ੋਪਰ ਉਹ ਕਰਨਗੇ। ਸੋ ਇਹ ਹੜਤਾਲ ਜਿਹੜੀ ਹੈ 4 ਘੰਟਿਆਂ ਦੀ ਹੈ ਜੀ, ਅਤੇ 4 ਘੰਟੇ ਇਹ ਕਿਸੇ ਵੀ ਵੇਲੇ ਹੜਤਾਲ ਹੋ ਸਕਦੀ ਆ। ਵੈਸੇ ਟਾਈਮਿੰਗ ਜਿਹੜੀ ਹੈ ਇਹਨਾਂ ਦੀ 9 ਵਜੇ ਤੋਂ ਲੈ ਕੇ 1 ਵਜੇ ਦੇ ਵਿਚਕਾਰ ਆ, ਦੁਪਹਿਰ ਨੂੰ 1 ਵਜੇ ਤੱਕ ਸ਼ੋਪਰ ਹੋਵੇ 4 ਘੰਟਿਆਂ ਦੀ। ਸੋ ਕੱਲ੍ਹ ਨੂੰ ਜੇਕਰ ਤੁਸੀਂ ਜਾਣਾ ਆ, ਕੱਲ੍ਹ ਨੂੰ ਮੈਟਰੋ ਵੀ ਰੁਕ ਜਾਣੀ ਆ, ਟ੍ਰੇਨਾਂ ਵੀ ਰੁਕ ਜਾਣੀਆਂ, ਬੱਸਾਂ ਵੀ ਰੁਕ ਜਾਣੀਆਂ, ਸੋ ਇਸ ਕਰਕੇ ਧਿਆਨ ਦੇ ਨਾਲ, ਅਤੇ ਹੋ ਸਕਦਾ ਟ੍ਰੇਨਾਂ ਕੈਂਸਲ ਕਰ ਦਿੱਤੀਆਂ ਜਾਣ ਇਹਨਾਂ ਘੰਟਿਆਂ ਦੇ ਵਿੱਚ, ਅਤੇ ਤੁਸੀਂ ਆਪਣੇ ਪਹਿਲਾਂ ਸਵੇਰ ਨੂੰ ਟਾਈਮ ਦੇਖ ਕੇ ਇੱਕ ਵਾਰ ਕੰਟਰੋਲ ਕਰਕੇ ਜਾਇਓ। ਇਸ ਤੋਂ ਇਲਾਵਾ ਜੀ ਇੱਕ ਵੀਰ ਦਾ ਮੈਸੇਜ ਸੀਗਾ, ਉਹ ਕਹਿ ਰਹੇ ਸੀਗੇ ਭਾਅ ਜੀ ਜਿਹੜਾ ਬੋਨਸ ਟਰਾਂਸਪੋਰਟ ਤੋਂ ਆ ਇਸ ਮਹੀਨੇ ਮਿਲਿਆ ਜਾਂ ਨਹੀਂ ਮਿਲਿਆ, ਜਾਂ ਮਿਲਿਆ ਕਰਨਾ ਜਾਂ ਨਹੀਂ। ਬੋਨਸ ਟਰਾਂਸਪੋਰਟ ਤੋਂ ਵੀਰੋ ਬੰਦ ਹੋ ਚੁੱਕਾ ਜੀ, ਇਸ ਸਾਲ ਨਹੀਂ ਹੈਗਾ, ਪਿਛਲੇ ਸਾਲ ਸੀਗਾ ਬੋਨਸ ਟਰਾਂਸਪੋਰਟ ਤੋਂ, ਅਤੇ ਹੁਣ ਜਿਹੜਾ ਬੋਨਸ ਟਰਾਂਸਪੋਰਟ ਹੀ ਹੈ ਇਸ ਵਾਰ ਸਰਕਾਰ ਨੇ ਨਹੀਂ ਦਿੱਤਾ ਹੈਗਾ, ਸੋ ਇਸ ਕਰਕੇ ਹੁਣ ਇਹ ਬੋਨਸ ਨਹੀਂ ਹੈਗਾ 60 ਯੂਰੋ ਵਾਲਾ। ਇਸ ਤੋਂ ਬਾਅਦ ਜੇ ਇੱਕ ਹੋਰ ਬੋਨਸ ਹੈਗਾ ਆ, ਇਹ ਬੋਨਸ ਹੈਗਾ ਆ ਬੋਨਸ ਸਾਈਕੋਲੋਜੀਕਲ ਬੋਨਸ ਕਿਹਾ ਜਾਂਦਾ ਇਸ ਨੂੰ, ਅਤੇ ਇਹ ਬੋਨਸ 1500 ਯੂਰੋ ਦਾ ਬੋਨਸ ਹੈ ਮੈਕਸੀਮਮ, ਤੁਹਾਡਾ ਈਜ਼ੀਆ ਡਿਪੈਂਡ ਕਰਦਾ ਇਹਦੇ ਉੱਤੇ ਰਿਕੁਐਸਟ ਦੀ ਕੀ ਇਸ ਬੋਨਸ ਨੂੰ ਲੈਣ ਦੇ ਵਾਸਤੇ। ਜੇਕਰ ਤੁਹਾਨੂੰ ਸਟ੍ਰੈਸ ਆ, ਡਿਪਰੈਸ਼ਨ ਆ, ਜਾਂ ਤੁਹਾਨੂੰ ਕੋਈ ਹੋਰ ਪ੍ਰੋਬਲਮ ਆ, ਦਿਮਾਗੀ ਪ੍ਰੋਬਲਮ ਆ, ਅਤੇ ਉਸ ਵਕਤ ਇਹ ਬੋਨਸ ਉਹਨਾਂ ਲੋਕਾਂ ਦੇ ਵਾਸਤੇ ਆ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੈ ਜਾਂ ਸਟ੍ਰੈਸ ਦਾ ਸ਼ਿਕਾਰ ਹੈ ਜਾਂ ਕੋਈ ਵੀ ਦਿਮਾਗੀ ਐਸੀ ਹਾਲਾਤ ਹੈ ਕੋਈ ਸਾਈਕੋਲੋਜੀ ਨਾਲ ਰਿਲੇਟਡ। ਅਤੇ ਇਹਦੇ ਵਿੱਚ 2 ਸ਼ਰਤਾਂ ਆ ਜੀ, ਤੁਸੀਂ ਇਟਲੀ ਵਿੱਚ ਰੈਜੀਡੈਂਸ ਤੁਹਾਡਾ ਹੋਣਾ ਚਾਹੀਦਾ, ਤੁਹਾਡਾ ਈਜ਼ੇ ਜਿਹੜਾ ਆ ਉਹ 50,000 ਤੋਂ ਉੱਤੇ ਨਾ ਹੋਵੇ। ਅਤੇ ਇਹ ਬੋਨਸ ਓਪਨ ਹੋ ਚੁੱਕਾ ਹੈ ਜੀ, 31 ਮਈ 2024 ਤੱਕ ਤੁਸੀਂ ਇਸ ਬੋਨਸ ਨੂੰ ਲੈ ਸਕਦੇ ਆ। ਔਨਲਾਈਨ ਸਰਵਿਸ ਜਿਹੜਾ ਏਮਸ ਦੀ ਵੈਬਸਾਈਟ ਹੈ ਉਹਦੇ ਉੱਤੇ ਜਾ ਕੇ ਆਪਣੇ ਸਪੀਡ ਰਾਹੀਂ ਐਂਟਰ ਹੋ ਕੇ ਇਸ ਬੋਨਸ ਨੂੰ ਦਮਾਂਦਾ ਕਰ ਸਕਦੇ ਹਾਂ, ਪਰ ਫਿਰ ਕਰੀਓ ਜੇਕਰ ਤੁਹਾਨੂੰ ਵਾਕਈ ਇਸ ਚੀਜ਼ ਦੀ ਲੋੜ ਹੈ ਅਤੇ ਤੁਹਾਡੇ ਡਾਕਟਰਾਂ ਵੱਲੋਂ ਇਹ ਚੀਜ਼ ਕਨਫਰਮ ਆ। ਅਤੇ ਤਕਰੀਬਨ 1500 ਯੂਰੋ ਦਾ ਇਹ ਬੋਨਸ ਆ ਜੀ, ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹਾਂ। ਅਤੇ ਬਾਕੀ ਹੈਗੀਆਂ ਜੀ ਆਪਣੀਆਂ ਇਹਦੇ ਕੁਝ ਨਵੀਆਂ ਤਾਜ਼ੀਆਂ ਅਪਡੇਟ ਮਿਲਦੀਆਂ ਤੁਹਾਨੂੰ ਕੱਲ੍ਹ ਦੀਆਂ ਖਬਰਾਂ ਨਾਲ। ਆਪਣੇ ਪਰਿਵਾਰ ਦਾ ਖਿਆਲ ਰੱਖਿਓ, ਤਦ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।